ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਆਤਸ਼ੀ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ। ਪੰਜ ਮੰਤਰੀ ਨੇ ਵੀ ਲਿਆ ਅਹੁਦੇ ਦਾ ਹਲਫ਼। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਹਵਾਈ ਫੌਜ ਦੇ ਅਗਲੇ ਮੁਖੀ ਨਿਯੁਕਤ। 30 ਸਤੰਬਰ ਨੂੰ ਸੰਭਾਲਣਗੇ ਚਾਰਜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਵਿੱਚ ਕੀਤੇ ਰੋਡ ਸ਼ੋਅ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ। ਤੇ ਹੁਣ ਖਬਰਾਂ ਵਿਸਤਾਰ ਨਾਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਦਿੱਲੀ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲ ਗਿਆ। ਉਪ ਰਾਜਪਾਲ ਸਕੱਤਰੇਤ ਵਿੱਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿੱਚ ਆਤਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਆਤਸ਼ੀ ਦੇ ਨਾਲ ਚਾਰ ਪੁਰਾਣੇ ਮੰਤਰੀ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਹਨਾਂ ਵਿੱਚ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਵ ਭਾਰਦਵਾਜ, ਇਮਰਾਨ ਹੁਸੈਨ ਅਤੇ ਨਵੇਂ ਮੈਂਬਰ ਵਜੋਂ ਮੁਕੇਸ਼ ਸ਼ੇਹਲਾਵਤ ਨੇ ਮੰਤਰੀ ਦੇ ਵਜੋਂ ਸਹੁੰ ਚੁੱਕੀ ਹੈ। ਆਤਸ਼ੀ ਦਿੱਲੀ ਦੀ ਮੁੱਖ ਮੰਤਰੀ ਬਣੀ ਹੈ। ਸਹੁੰ ਚੁੱਕਣ ਤੋਂ ਬਾਅਦ ਆਤਸ਼ੀ ਨੇ ਕੇਜਰੀਵਾਲ ਦੇ ਪੈਰ ਛੂਹੇ। ਜ਼ਿਕਰਯੋਗ ਹੈ ਕਿ ਕੇਜਰੀਵਾਲ 13 ਸਤੰਬਰ ਨੂੰ ਆਬਕਾਰੀ ਨੀਤੀ ਮਾਮਲੇ ਵਿੱਚ 5 ਮਹੀਨੇ ਤੋਂ ਵੱਧ ਸਮੇਂ ਤੱਕ ਤਿਹਾੜ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਬਾਹਰ ਆਏ, ਜਿਸ ਤੋਂ ਬਾਅਦ ਉਹਨਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਕੇਂਦਰ ਸਰਕਾਰ ਨੇ ਨਵੇਂ ਏਅਰ ਚੀਫ਼ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ 30 ਸਤੰਬਰ ਨੂੰ ਦੇਸ਼ ਦੇ ਨਵੇਂ ਏਅਰ ਚੀਫ਼ ਵਜੋਂ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਮੌਜੂਦਾ ਏਅਰ ਚੀਫ਼ ਵੀ ਆਰ ਚੌਧਰੀ 30 ਸਤੰਬਰ ਨੂੰ ਸੇਵਾ ਮੁਕਤ ਹੋ ਰਹੇ ਨੇ। ਏਅਰ ਮਾਰਸ਼ਲ ਅਮਰਪ੍ਰੀਤ ਸਿੰਘ ਨੇ 1984 ਵਿੱਚ ਹਵਾਈ ਫੌਜ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। ਉਹ ਕਈ ਅਹਿਮ ਅਹੁਦਿਆਂ ਉੱਤੇ ਰਹਿ ਚੁੱਕੇ ਨੇ। ਵਾਈਸ ਏਅਰ ਚੀਫ਼ ਹੋਣ ਤੋਂ ਇਲਾਵਾ ਉਹ ਸੈਂਟਰਲ ਏਅਰ ਕਮਾਂਡ ਦੇ ਆਫਿਸਰ ਕਮਾਂਡਿੰਗ ਇਨ ਚੀਫ ਰਹਿ ਚੁੱਕੇ ਨੇ। ਸਰਕਾਰ ਨੇ ਨਵੇਂ ਏਅਰ ਚੀਫ ਦੀ ਨਿਯੁਕਤੀ ਵਿੱਚ ਸੀਨੀਅਰਤਾ ਨੂੰ ਵੀ ਧਿਆਨ ਵਿੱਚ ਰੱਖਿਆ। ਏਅਰ ਮਾਰਸ਼ਲ ਸਿੰਘ ਫਾਈਟਰ ਪਾਇਲਟ ਨੇ। ਪਿਛਲੇ ਸਾਲ ਫਰਵਰੀ ਵਿੱਚ ਵਾਈਸ ਏਅਰ ਚੀਫ ਬਣਨ ਤੋਂ ਪਹਿਲਾਂ ਸਿੰਘ ਨੇ ਕਈ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ ਸਨ। ਏਅਰ ਮਾਰਸ਼ਲ ਸਿੰਘ ਦੇ ਕੋਲ ਕਈ ਤਰ੍ਹਾਂ ਦੇ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਉਡਾਉਣ ਦਾ ਤਜਰਬਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਿਮ ਵਿਧਾਨ ਸਭਾ ਤੋਂ ਪਾਰਟੀ ਦੇ ਉਮੀਦਵਾਰ ਦੇ ਸਮਰਥਨ ਵਿੱਚ ਅੱਜ ਰੋਡ ਸ਼ੋਅ ਕੱਢਿਆ। ਹਰਿਆਣਾ ਵਿੱਚ ਰੋਡ ਸ਼ੋਅ ਵਿੱਚ ਇਕੱਠੀ ਹੋਈ ਭੀੜ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਫੁੱਲਾਂ ਦੀ ਵਰਖਾ ਕਰਕੇ ਸ਼ਾਨਦਾਰ ਸਵਾਗਤ ਕੀਤਾ। ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਰਵਿੰਦ ਕੇਜਰੀਵਾਲ ਮਹਿਮ ਦੇ ਭਤੀਜੇ ਨੇ। ਉਹ ਅਕਸਰ ਛੋਟੇ ਹੁੰਦੇ ਛੁੱਟੀਆਂ ਵਿੱਚ ਇੱਥੇ ਆਉਂਦੇ ਸਨ, ਹੁਣ ਉਹ ਹਰਿਆਣਾ ਦੇ ਵੱਡੇ ਦਿੱਗਜਾਂ ਦੀ ਛੁੱਟੀ ਕਰਨ ਲਈ ਇੱਥੇ ਆਉਣਗੇ। ਮਾਨ ਨੇ ਕਿਹਾ ਕਿ ਅਜਿਹੇ ਬੰਦਿਆਂ ਨੂੰ ਵਿਧਾਨ ਸਭਾ ਵਿੱਚ ਭੇਜੋ ਜੋ ਤੁਹਾਡੇ ਲਈ ਲੜਨ। ਇਸ ਮੌਕੇ ਉਹਨਾਂ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦਿਓ ਤੇ ਝਾੜੂ ਨੂੰ ਵੋਟ ਪਾਓ। ਯਹਾਂ ਸੇ ਬਰਵਾਲਾ, ਬਰਵਾਲਾ ਸੇ ਟੋਹਾਨਾ, ਟੋਹਾਨਾ ਸੇ ਜਾਖਲ ਜਾਂ ਫਿਰ ਮੂਨਕ ਪੰਜਾਬ ਆ ਗਿਆ, ਯਹਾਂ ਇੱਧਰ ਦਿੱਲੀ ਆ ਗਈ। ਤੋ ਆਪ ਦਿੱਲੀ ਫੋਨ ਕਰਕੇ ਪੁੱਛ ਲਓ, ਚਾਹੇ ਤੋ ਪੰਜਾਬ ਫੋਨ ਕਰਕੇ ਪੁੱਛ ਲਓ। ਬਿਜਲੀ ਕਾ ਬਿੱਲ 90% ਘਰੋਂ ਕੋ ਜ਼ੀਰੋ ਆਤਾ ਹੈ ਭਾਈ ਸਾਹਿਬ, ਦੋਨੋਂ ਜਗ੍ਹਾ ਪਰ। ਕਾਰਨ ਕਿਆ ਹੈ ਇਸਕਾ? ਇਸਕਾ ਕਾਰਨ ਕਿਆ ਹੈ? ਸੱਚੀ ਨੀਯਤ ਵਾਲੀ ਸਰਕਾਰੇ ਹੈ ਯਹਾਂ ਪਰ, ਸੱਚੀ ਨੀਯਤ ਵਾਲੀ। ਅਭੀ ਖੱਟਰ ਸਾਹਿਬ ਪਿਛਲੇ ਮਹੀਨੇ ਬੋਲ ਰਹੇ ਥੇ, ਹਰਿਆਣਾ ਕੇ ਯੁਵਾਓਂ ਕੋ ਅਗਰ ਨੌਕਰੀ ਚਾਹੀਏ, ਰਸ਼ੀਆ ਕੀ ਫੌਜ ਮੇਂ ਭਰਤੀ ਹੋ ਜਾਏ, ਜੰਗ ਲਗੀ ਹੋਈ ਹੈ ਵਹਾਂ ਪੇ, ਸ਼ਰਮ ਨਹੀਂ ਆਤੀ ਇਨਕੋ? ਹਮਾਰੇ ਯੁਵਾਓਂ ਕੋ ਕਹਿ ਰਹੇ ਕਿ ਰਸ਼ੀਆ ਕੀ ਫੌਜ ਮੇਂ ਭਰਤੀ ਹੋ ਜਾਓ, ਆਪਣੇ ਬੱਚੋਂ ਕੋ ਭੇਜ ਕੇ ਦੇਖੋ ਕਹੀਂ ਜੰਗ ਮੇਂ। ਇਸ ਕਾਮ ਕੇ ਲਈ ਹਮਾਰੇ ਬੱਚੇ ਰੱਖੇ ਹੋਏ ਇਹਨੋਨੇ, ਰਸ਼ੀਆ ਕੀ ਫੌਜ ਮੇਂ ਚਲੇ ਜਾਓ, ਯਹਾਂ ਨੌਕਰੀ ਨਹੀਂ ਦੇ ਸਕਤੇ? ਨੌਕਰੀਆਂ ਯਹਾਂ ਹੈਂ, ਅਗਰ ਨੀਅਤ ਸਾਫ ਹੋ। 2.5 ਸਾਲ ਹੋ ਗਏ ਭਾਈ ਸਾਹਿਬ, ਅੱਜ 21 ਤਰੀਕ ਹੋ ਗਈ, 16 ਪਿਛਲੀ ਜੋ ਅਭੀ ਗੁਜਰੀ ਹੈ, 16 ਸਤੰਬਰ ਕੋ ਪੰਜਾਬ ਮੇਂ ਸਰਕਾਰ ਬਣੇ ਹੋਏ 2.5 ਸਾਲ ਹੋ ਗਏ।
ढाई साल में या आपका बेटा या आपका भतीजा या आपका छोटा बड़ा भाई 45,000 सरकारी नौकरियां देके आपके सामने खड़ा है। सब कुछ हो सकता है अगर नीयत साफ हो। और एक भी बंदे से पूछ लेना, फोन कर लेना, भाई साहब आपकी रिश्तेदारी होगी, दोस्त मित्र होंगे पंजाब में, कि एक रुपया भी किसी को रिश्वत देनी पड़ी, जा एक MLA की सिफारिश लगानी पड़ी, मैं इस्तीफा दे दूंगा भाई साहब अगर ऐसा कोई निकले। ये काम करने के लिए थोड़ी आए हैं भाई साहब। पैसे कमाने होते तो मैं तो बहुत फेमस कलाकार था, आप देखते रहते हो टीवी में मुझे। मैं पैसे कमाने होते मैं उधर से बहुत कमा लेता, बॉम्बे से बहुत कमा लेता। अरविंद केजरीवाल इनकम टैक्स का कमिश्नर था, उनकी पत्नी भी इनकम टैक्स की कमिश्नर थी, वो चाहते तो वो भी थैले भर भर के नोटों के कमा लेते। लेकिन भाई साहब कुछ देश के लिए भी करना होता ना, हर बात पैसे के लिए नहीं होती, कुछ लोगों के लिए भी होता। ऐसा चाहते शहीद भगत सिंह जैसे वीर, करतार सिंह सराभा जैसे, लाला लाजपत राय जैसे, राजगुरु सुखदेव जैसे, चंद्रशेखर आजाद जैसे, अशफाक उल्ला खान जैसे, अगर वो भी सोच लेते कि हमने भी पैसे कमाने हैं तो भाई साहब यहाँ अंग्रेज होते हैं, हम आजाद नहीं होते। उन्होंने देश के लिए कुर्बानी दिया, देश के लिए। और क्या पाया फिर हमने कुर्बानी? 78 साल हो गए याद हुए, बुजुर्ग खड़े हैं, ताऊ खड़े हैं, 78 साल हो गए याद हुए, अमेरिका वाले मंगल ग्रह पर प्लाट काट रहे हैं, हमारे से अभी महम के सीवरेज के ढक्कन पूरे नहीं हुए, हम वही खड़े हैं सीवरेज भी। कारण क्या? कभी ये कभी वो, कभी ये कभी वो। तू आ गया तो मुझे कुछ मत कहना, मैं आ गया मैं तुझे कुछ मत कहूंगा, बारी बारी लूटते जाओ, 5 साल तू 5 साल मैं, ये बारियां आ गई, ये बारियां तोड़ो भाई साहब, दिल्ली और पंजाब में टूट गई हैं। दिल्ली और पंजाब में ये बारियां टूट गई हैं। और कोई ये मीडिया वाले तो चलो आ जाते हैं हमारे, दिखाते बाते नहीं है हमें, चलो आ जाते हैं, चलो इसी यही धन्यवाद बेचारों का, इनका कसूर नहीं है ना। पत्रकारों ने मुझसे कहा हरियाणा में कितनी सीटें आएंगी, मैं कहा बहुत सीटें आएंगी, कहते किसी सर्वे में भी नहीं आ रहे, मैं कहा आम आदमी पार्टी है सर्वे में नहीं आती, सीधा सरकार में आती है, हम सर्वे वर्वे में नहीं आते भाई साहब। पंजाब में किसने कहा था 92 आ जाएंगी 117 में से? बीजेपी की पंजाब में कितनी सीटें पता है? 2। अगर उनके MLA चाहें विधानसभा स्कूटर पर बैठकर भी आ सकते हैं। और अभी दिल्ली में कितने हैं? 6। इनोवा में आ सकते हैं ना, दिल्ली में ना पंजाब में, इनके आसपास कोई भटकने नहीं देता इनको। ये मेरा छोटा भाई है नेहरा, छोटा भाई है, काम करने का जुनून है। ऐसे बंदों को भेजो जिनको काम करने का, लोगों के लिए काम करने का जुनून हो। अब जिनको 15 बंदे पकड़ के स्टेज पर बिठाते हैं भाई साहब, उनका क्या फायदा हुआ? रिटायर करो उनको, रिटायर करो। आम आदमी पार्टी के सीनियर आगू ते संसद मैंबर मलविंदर सिंह कंग ने आयुष्मान योजना के बकाया फंडा बारे भाजपा प्रधान ते सेहत मंत्री JP नड्डा के बयान की सख्त शब्दों में निखेधी की है। कंग ने भाजपा सरकार वालों पंजाब नाल कीते जा रहे वितकरे उत्ते अफसोस जाहिर करदिआं नड्डा नूं सूबे दे बकाए वक्ख फंडां दी याद दवाई। पार्टी दफ्तर विच प्रैस कॉन्फ्रेंस दौरान मलविंदर सिंह कंग ने कहा कि आयुष्मान भारत योजना तहत कुल 376 करोड़ रुपए की राशि विचों 220 करोड़ रुपए केंद्र सरकार दे बकाया ने। उन्होंने यह भी उजागर किया कि केंद्र सरकार ने पंजाब लई नैशनल हैल्थ मिशन
NHM ਦੇ ਫੰਡਾਂ ਵਿੱਚ 950 ਕਰੋੜ ਰੁਪਏ ਰੋਕੇ ਹੋਏ ਨੇ। ਕੰਗ ਨੇ ਅੱਗੇ ਦੱਸਿਆ ਕਿ ਇਹਨਾਂ ਫੰਡਾਂ ਤੋਂ ਇਲਾਵਾ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਦੇ ਪੇਂਡੂ ਵਿਕਾਸ ਫੰਡ ਅਤੇ ਮੰਡੀ ਵਿਕਾਸ ਫੰਡ ਵੀ ਰੋਕੇ ਹੋਏ ਨੇ। ਉਹਨਾਂ ਕਿਹਾ ਕਿ RDF ਵਿੱਚ 6800 ਕਰੋੜ ਰੁਪਏ ਅਤੇ MDF ਵਿੱਚ 177 ਕਰੋੜ ਰੁਪਏ ਕੇਂਦਰ ਸਰਕਾਰ ਵੱਲ ਬਕਾਇਆ ਨੇ। ਇਹ ਕਹਿੰਦੇ ਜੀ ਪੰਜਾਬ ਸਰਕਾਰ ਆਯੁਸ਼ਮਾਨ ਜਿਹੜੀ ਸਕੀਮ ਹੈ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਭਾਜਪਾ ਦੇ ਲੋਕਾਂ ਨੂੰ ਵੀ ਕਿ ਜਿਹੜੀ 320 ਕਰੋੜ ਰੁਪਏ ਹੈਲਥ ਸੈਕਟਰ ਦੇ ਜਾਰੀ ਹੋਣੇ ਚ 220 ਕਰੋੜ ਰੁਪਇਆ ਤੇ ਭਾਰਤ ਸਰਕਾਰ ਦਾ ਹਿੱਸਾ ਹੈ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ। ਨੈਸ਼ਨਲ ਹੈਲਥ ਮਿਸ਼ਨ ਦਾ 950 ਕਰੋੜ ਰੁਪਇਆ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਨਹੀਂ ਜਾ ਰਿਹਾ, ਪੰਜਾਬ ਵਾਸਤੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦਾ 950। ਇਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਅਤੇ ਮੰਡੀ ਡਿਵੈਲਪਮੈਂਟ ਫੰਡ ਇਹ ਦੋਨੋਂ ਮਿਲਾ ਕੇ ਤਕਰੀਬਨ 1800 ਕਰੋੜ ਰੁਪਇਆ RDF ਅਤੇ MDF ਜਿਹੜਾ ਮੰਡੀ ਡਿਵੈਲਪਮੈਂਟ ਫੰਡ ਹੈ 170 ਕਰੋੜ ਰੁਪਇਆ। ਉਹ ਵੀ 2 ਸਾਲ ਹੋ ਗਏ ਆ ਭਾਰਤ ਸਰਕਾਰ ਪੰਜਾਬ ਦਾ ਰਿਲੀਜ਼ ਨਹੀਂ ਕਰ ਰਹੀ ਅਤੇ ਆਯੁਸ਼ ਜਿਹੜੀ ਯੋਜਨਾ ਹੈ ਉਹ ਵੀ ਹੈਲਥ ਸੈਕਟਰ ਨਾਲ ਜੁੜੀ ਹੈ 220 ਕਰੋੜ ਰੁਪਇਆ ਉਹ ਵੀ ਭਾਰਤ ਸਰਕਾਰ ਜਿਹੜੀ ਹੈ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਨਹੀਂ ਦੇ ਰਹੀ। ਤਾਂ ਹੀ ਮੈਂ ਕਿਹਾ ਟੋਟਲ 8000 ਕਰੋੜ ਰੁਪਇਆ ਮੈਂ ਨੱਡਾ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ BJP ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ 2 ਸਾਲਾਂ ਤੋਂ, ਜਿਹਦੇ ਬਾਰੇ ਅਸੀਂ ਵਾਰ ਵਾਰ ਰਿਕੁਐਸਟ ਵੀ ਕੀਤੀ, ਈਵਨ ਲਾਸਟ ਮਾਨਸੂਨ ਦਾ ਜਿਹੜਾ ਸੈਸ਼ਨ ਹੋਇਆ ਬਜਟ ਮਾਨਸੂਨ ਸੈਸ਼ਨ ਜਿਹੜਾ ਲੋਕ ਸਭਾ ਦਾ ਔਰ ਰਾਜ ਸਭਾ ਦਾ, ਉਹਦੇ 'ਚ ਵੀ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਰਾਜ ਸਭਾ 'ਚ ਵੀ ਔਰ ਲੋਕ ਸਭਾ 'ਚ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ, ਇਹ ਟੇਕਅਪ ਕੀਤਾ ਇਸ਼ੂ ਵੀ ਸਾਡਾ ਰੂਰਲ ਡਿਵੈਲਪਮੈਂਟ ਫੰਡ, ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ, ਸਰਵ ਸਿੱਖਿਆ ਅਭਿਆਨ ਦਾ ਪੈਸਾ, ਆਯੁਸ਼ ਦਾ ਪੈਸਾ ਤਕਰੀਬਨ 8000 ਕਰੋੜ ਰੁਪਇਆ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇਹ ਪੈਸੇ ਦੀ ਵਰਤੋਂ ਕੀਤੀ ਜਾਵੇ। ਤਾਂ ਮੈਂ ਸ਼ਬਦ ਵਰਤਿਆ BJP ਵਾਲੇ ਸਾਡਾ ਨਹੀਂ ਦੇ ਰਹੇ ਅਤੇ ਉੱਤੋਂ ਚੋਰੀ ਅਤੇ ਸੀਨਾ ਚੋਰੀ ਵੀ ਨਾਲੇ ਤੇ ਚੋਰੀ, ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ। ਪੰਜਾਬ ਨਾਲ ਕਿਸ ਹੱਦ ਤੱਕ ਵਿਤਕਰਾ ਹੋ ਰਿਹਾ, ਇੱਕ ਐਗਜ਼ਾਮਪਲ ਹੋਰ ਵੀ ਦਊਂਗਾ ਇਹਦੇ ਨਾਲ ਮੈਂ ਤੁਹਾਨੂੰ। PSPCL 2300 ਕਰੋੜ ਰੁਪਇਆ ਦਾ ਜਿਹੜਾ ਆ ਉਹਦੀ ਲਿਮਿਟ ਸੀ ਕਰਜ਼ਾ ਚੁੱਕਣ ਦੀ, ਉਹਨੂੰ 10% ਜਿਹੜਾ ਆ ਡਿਕਰੀਜ਼ ਕਰਤਾ ਇਹਨਾਂ ਨੇ, ਭਾਜਪਾ ਦੀ ਕੇਂਦਰ ਸਰਕਾਰ ਨੇ ਰਿਡਿਊਸ ਕਰਤਾ ਵੀ ਤੁਸੀਂ ਇਹ ਜਿਹੜਾ PSPCL ਵਾਸਤੇ ਵੀ ਪੈਸਾ ਜਿਹੜਾ ਆ ਤੁਸੀਂ ਨਹੀਂ ਲੈ ਸਕਦੇ, ਕਰਜ਼ਾ ਨਹੀਂ ਲੈ ਸਕਦੇ। ਸਾਡੇ 'ਤੇ ਪਾਬੰਦੀ ਲਾਈ ਆ ਸਿਰਫ ਪੰਜਾਬ 'ਤੇ, ਹੋਰ ਪੰਜਾਬ ਦੇ ਜਿਹੜੇ ਗੋਦਾਮ ਹੈ ਉਹ ਭਰੇ ਪਏ ਅਨਾਜ ਨਾਲ, ਔਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ, ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਹੈ ਉਹ ਵੀ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ, ਮੁੱਖ ਮੰਤਰੀ ਜੀ ਚਿੱਠੀ ਲਿਖ ਚੁੱਕੇ ਆ
ਤਮਾਮ ਸਾਡੇ ਆਫੀਸ਼ੀਅਲਸ ਕੰਸਰਨ ਡਿਪਾਰਟਮੈਂਟ ਦੇ ਵਾਰ ਵਾਰ ਦਿੱਲੀ ਸਰਕਾਰ ਨੇ ਟੇਕਅਪ ਇਸ਼ੂ ਕਰ ਚੁੱਕੇ ਆ। ਅੱਜ ਵੀ ਕਿਉਂਕਿ ਅਗਲੀ 30 ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਝੋਨਾ ਆਉਣ ਲੱਗ ਜਾਣਾ, ਅੱਜ ਵੀ ਪੰਜਾਬ ਦੇ ਗੋਦਾਮਾਂ 'ਚੋਂ ਜਿਹੜੀ ਫਸਲ ਹੈ ਉਹ ਭਾਰਤ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਹੈ। ਵਿਤਕਰਾਂ ਨਹੀਂ ਅਤੇ ਕੀ ਹੈ ਪੰਜਾਬ ਨਾਲ ਇੱਕ ਬਹੁਤ ਮੰਦਭਾਗਾ ਜਿਹਨੂੰ ਕਹਿ ਸਕਦੇ ਰਵੱਈਆ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਦਾ, ਉਹਦਾ ਇਹ ਵਾਰ ਵਾਰ ਪ੍ਰਗਟਾਵਾ ਕਰ ਰਿਹਾ, ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ, ਚਾਹੇ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ, ਚਾਹੇ ਆਯੁਸ਼ ਯੋਜਨਾ ਦੀ ਗੱਲ ਹੈ, ਚਾਹੇ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ, ਚਾਹੇ PSPCL ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਿਟ ਹੈ ਜਿਹੜਾ ਉਹ ਡਿਕਰੀਜ਼ ਕਰਤਾ ਹੈ, ਅਤੇ ਚਾਹੇ ਸਾਡੇ ਗੋਦਾਮਾਂ 'ਚੋਂ ਫਸਲ ਚੱਕਣ ਦੀ ਗੱਲ ਹੈ, ਹਰ ਥਾਂ 'ਤੇ ਪੰਜਾਬ ਨਾਲ ਮੋਦੀ ਸਾਹਿਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ। 180-185 ਲੱਖ ਮੈਟ੍ਰਿਕ ਟਨ ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ, ਅਤੇ ਅੱਜ ਜਦੋਂ ਵਾਰ ਵਾਰ ਪਿਛਲੇ ਤਕਰੀਬਨ 2-2.5 ਮਹੀਨਿਆਂ ਤੋਂ ਅਸੀਂ ਰਿਕੁਐਸਟ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ, ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ, ਸਾਡੇ ਅਫੀਸ਼ੀਅਲ ਸਾਹਿਬਾਨ ਕਿ ਇਹ ਗੋਦਾਮ ਖਾਲੀ ਕਰਵਾਓ, ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ। BJP ਦੇ ਕੰਨ 'ਤੇ ਜੂ ਨਹੀਂ ਸਰਕ ਰਹੀ, ਕਿਉਂਕਿ BJP ਮੋਦੀ ਸਾਹਿਬ ਦੀ ਸਰਕਾਰ ਇੱਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ, ਪੰਜਾਬ ਦਾ ਆਰਥਿਕ ਜਿਹੜਾ ਪੇਂਡੂ ਆਰਥਿਕ ਜਿਹੜਾ ਢਾਂਚਾ ਉਹਨੂੰ ਤਹਿਸ ਨਹਿਸ ਕਿਤਰਾ ਕਰਨਾ, ਪੰਜਾਬ ਨੂੰ ਨੁਕਸਾਨ ਕਿਤਰਾ ਪਹੁੰਚਾਉਣਾ, ਇਹਦੇ ਲਈ ਜਿਹੜੀ ਆ BJP ਸਰਕਾਰ ਲੱਗੀ ਆ। ਲੇਕਿਨ ਮੈਂ ਨੱਡਾ ਜੀ ਨੂੰ ਔਰ ਤਮਾਮ BJP ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ, ਪੰਜਾਬੀ ਨਾ ਤਾਂ ਡਰਨ ਵਾਲੇ ਆ ਅਤੇ ਨਾ ਤੁਹਾਡੇ ਤੋਂ ਘਬਰਾਉਣ ਵਾਲੇ ਆ। ਅਸੀਂ ਭੀਖ ਨਹੀਂ ਮੰਗ ਰਹੇ ਮੋਦੀ ਜੀ, ਨੱਡਾ ਜੀ, ਅਸੀਂ ਭੀਖ ਨਹੀਂ ਮੰਗ ਰਹੇ, ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਤੁਸੀਂ ਨਹੀਂ ਦੇ ਰਹੇ, ਪੰਜਾਬ ਦੀ ਸਰਕਾਰ ਨਾਲ ਪੰਜਾਬ ਦੇ ਲੋਕਾਂ ਨਾਲ ਤੁਸੀਂ ਵਿਤਕਰਾ ਕਰ ਰਹੇ ਹੋ, ਤੁਹਾਨੂੰ ਇਹਦਾ ਖਮਿਆਜਾ ਜਿਹੜਾ ਆਉਣ ਵਾਲੇ ਟਾਈਮ 'ਚ ਭੁਗਤਣਾ ਪਊਗਾ। ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਵਿਭਾਗ ਵੱਲੋਂ ਗਠਿਤ ਵੱਖ ਵੱਖ ਟੀਮਾਂ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਕਿਸਾਨਾਂ ਨੂੰ ਮਿਲ ਕੇ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਲਈ ਅਪੀਲ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਸਬਸਿਡੀ ਉੱਤੇ ਮੁਹੱਈਆ ਕਰਵਾਏ ਜਾ ਰਹੇ ਖੇਤੀ ਸੰਦਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਜਾਗਰੂਕਤਾ ਕੈਂਪ ਦੇ ਤਹਿਤ ਬਲਾਕ ਕਲਾਨੌਰ ਦੇ ਪਿੰਡ ਮਸਕੋਟ ਵਿੱਚ ਕਿਸਾਨ ਮਿਲਣੀ ਕੀਤੀ ਗਈ, ਜਿਸ ਵਿੱਚ ਪਰਾਲੀ ਦੀ ਸਾਂਭ ਸੰਭਾਲ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਉੱਤੇ ਡਿਪਟੀ ਕਮਿਸ਼ਨਰ ਗੁਪਤਾ ਨੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਅਤੇ ਅਪੀਲ ਕੀਤੀ ਕਿ ਬਾਕੀ ਕਿਸਾਨ ਵੀ ਪਰਾਲੀ ਨਾ ਸਾੜਨ। ਦੇਖੋ, ਸਭ ਤੋਂ ਪਹਿਲੀ ਗੱਲ ਹੁੰਦੀ ਹੈ, ਸਾਡੇ ਹੀ ਲੋਕ ਨੇ, ਪ੍ਰਸ਼ਾਸਨ ਕਦੇ ਵੀ ਨਹੀਂ ਚਾਹੁੰਦਾ ਵੀ ਕਿਸੇ 'ਤੇ ਅਸੀਂ ਲਾਠੀ ਫੋਰਸ ਯੂਜ਼ ਕਰੀਏ ਜਾਂ ਜੁਰਮਾਨੇ ਲਾਈਏ। ਜੁਰਮਾਨਾ ਲਾਉਣਾ ਜਾਂ ਜੁਰਮਾਨਾ ਕੋਈ ਸਾਡੀ ਆਮਦਨ ਦਾ ਸਰੋਤ ਨਹੀਂ ਹੈਗਾ, ਅਸੀਂ ਲਾ ਕੇ ਇਹਦਾ ਇੱਕ ਡੈਟਰੈਂਸ ਹੁੰਦਾ ਹੈਗਾ। ਪਰ ਮੈਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਦੇ, ਜਿੰਨਾ ਮੈਂ ਪਿਛਲੇ 1 ਮਹੀਨੇ 'ਚ ਕਿਸਾਨਾਂ ਨਾਲ ਪਿੰਡ ਪਿੰਡ ਜਾ ਕੇ ਇੰਟਰੈਕਟ ਕਰ ਰਿਹਾ ਵੀ ਇਸ ਤਰ੍ਹਾਂ ਦੀ ਨੌਬਤ ਆਏਗੀ। ਬਟ ਹਾਂ, ਜੇ ਕੋਈ ਕਿਸਾਨ ਸਾਰਾ ਕੁਝ ਸਮਝਦੇ ਜਾਣਦੇ ਹੋਏ ਵੀ ਕਰੂਗਾ ਤਾਂ ਫਿਰ ਕਾਨੂੰਨ ਨੇ ਜੋ ਵੀ ਕਾਰਵਾਈ ਕਰਨੀ ਆ ਉਹ ਕੀਤੀ ਜਾਊਗੀ। ਪਰ ਮੈਨੂੰ ਉਮੀਦ ਹੈ ਕਿ ਸਾਨੂੰ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਪੈਣੀ, ਅਤੇ ਸਾਡੇ ਜਿਹੜੇ ਕਿਸਾਨ ਨੇ ਉਹ ਸਮਝ ਰਹੇ ਨੇ ਅਤੇ ਆਉਣ ਵਾਲੇ ਸਮੇਂ 'ਚ ਸਾਡਾ ਸਾਥ ਦੇਣਗੇ ਅਤੇ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਗੇ ਵੀ ਸਾਨੂੰ ਕੋਈ ਸਖਤੀ ਵਰਤਣੀ ਪਵੇ। ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ਦੇ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਖਬਰ ਦੇ ਨਾਲ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਦੇ ਪਿਤਾ ਪ੍ਰਗਟ ਸਿੰਘ ਨੇ ਦੱਸਿਆ ਕਿ ਉਸਦੇ 2 ਲੜਕੇ ਨੇ ਅਤੇ ਲਖਵਿੰਦਰ ਸਿੰਘ ਛੋਟਾ ਪੁੱਤਰ ਸੀ। ਉਹਨਾਂ ਦੱਸਿਆ ਕਿ ਲਖਵਿੰਦਰ 3 ਮਹੀਨੇ ਪਹਿਲਾਂ ਹੀ ਦੁਬਈ ਗਿਆ ਸੀ, ਜਿੱਥੇ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਲਖਵਿੰਦਰ ਦੇ ਮ੍ਰਿਤਕ ਦੇ ਭਾਰਤ ਲਿਆਂਦੀ ਜਾਵੇ। ਲਖਵਿੰਦਰ ਸਿੰਘ ਕਦੋਂ ਗਿਆ ਸੀ ਬੇਟਾ ਬਾਹਰ? 3 ਮਹੀਨੇ ਪਹਿਲਾਂ ਗਿਆ ਸੀ। ਅੱਜ ਕਿਹੜੇ ਦੇਸ਼ 'ਚ ਸੀ?
ਡਬਈ। ਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਔਰ ਕਿੱਦਾਂ ਹੋਇਆ? ਮੈਂ ਸਾਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਕਿ ਉਸ ਐਕਸੀਡੈਂਟ ਹੋ ਗਿਆ। ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ, ਕਿਹਦੇ ਨਾਲ ਹੋਇਆ? ਇਹ ਕੋਈ ਪਤਾ ਨਹੀਂ ਲੱਗਾ ਜੀ ਅਜੇ ਤੱਕ। ਤੇ ਕਿੰਨੇ ਸਮੇਂ ਤੋਂ ਦੁਬਈ 'ਚ ਰਹਿ ਰਿਹਾ ਸੀ? ਇਹ 3 ਮਹੀਨੇ ਨਾਇਆ ਗਿਆ ਜੀ। ਫਿਲਹਾਲ ਹੁਣੇ ਭੇਜਿਆ ਸੀ। ਅਤੇ ਤੁਹਾਨੂੰ ਕਦੋਂ ਪਤਾ ਲੱਗਾ, ਕਿਹਨੇ ਦੱਸਿਆ ਤੁਹਾਨੂੰ ਕਿ ਬੇਟੇ ਨਾਲ ਹਾਦਸਾ ਵਾਪਰ ਗਿਆ? ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸੀਗਾ, ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਫੈਕਟਰੀ 'ਚ ਦਵਾਈਆਂ ਦੀ, ਉਹਨੂੰ ਫੋਨ ਕੀਤਾ। ਉਹ ਨਹੀਂ, ਉਹਦਾ ਨੰਬਰ ਉਹਦੀ ਲੈਪਟਾਪ 'ਚੋਂ ਮਿਲ ਗਿਆ ਉਹਨਾਂ ਨੂੰ। ਫਿਰ ਉਹ ਨਹੀਂ, ਉਹਨੂੰ ਫੋਨ ਕੀਤਾ। ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਡਬਈ ਰਹਿੰਦਾ, ਉਹਨੂੰ ਫੋਨ ਕੀਤਾ ਵੀ ਕਲੀਅਰ ਕਰਕੇ ਦੱਸ ਸਾਨੂੰ। ਉਹ ਤੋਂ ਬਾਅਦ ਫਿਰ ਉਹਨੇ ਫੋਨ ਕਰਕੇ ਆਪਣੇ ਭਰਾ ਬਦਲ ਨੂੰ ਦੱਸਿਆ। ਉਹ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਾ ਵੀ ਉਹਨੇ ਫਿਰ ਇੱਥੇ ਪਿੰਡ ਨੂੰ ਫੋਨ ਕੀਤਾ। ਕਿੰਨੇ ਬੇਟੇ ਤੁਹਾਡੇ? ਮੇਰੇ 2 ਬੇਟੇ ਆ ਜੀ। ਛੋਟਾ ਸੀ ਵੱਡਾ? ਇਹ ਛੋਟਾ ਹੈ ਜੀ। ਤੁਸੀਂ ਕੀ ਕੇਂਦਰ ਸਰਕਾਰ ਤੋਂ, ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ? ਸਾਡੀ ਸਰਕਾਰ ਦੀ ਉਹਦੀ ਇਨਕੁਆਇਰੀ ਕੀਤੀ ਜਾਵੇ ਕਿਸ ਤਰ੍ਹਾਂ ਐਕਸੀਡੈਂਟ ਹੋਇਆ, ਔਰ ਉਹਦੀ ਬੋਡੀ ਜਲਦੀ ਤੋਂ ਜਲਦੀ ਇੰਡੀਆ ਲਿਆਂਦੀ ਜਾਵੇ, ਜੋ ਅਸੀਂ ਉਸ ਵਕਤ ਸਹੀ ਸਲਾਮ ਦੇਖ ਸਕੀਏ, ਸੰਸਕਾਰ ਕਰੀਏ। ਮੇਰੀ ਲਖਵਿੰਦਰ ਸਿੰਘ ਨਾਲ ਵੀਰਵਾਰ ਗੱਲ ਹੋਈ ਸੀ, ਸਿਰਫ ਮੈਸੇਜ ਆਇਆ। ਉਹਨੂੰ ਮੈਂ ਮੈਸੇਜ ਕੀਤਾ ਵੀ ਤੂੰ ਕਿੱਥੇ ਆ, ਕਹਿੰਦਾ ਮੈਂ ਦੂਜੇ 'ਤੇ ਮੋਟਰਸਾਈਕਲ 'ਤੇ ਹਾਂ। ਪਹਿਲਾਂ ਜਾਂ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ, ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤਾਂ ਮੇਰਾ ਲਾਇਸੈਂਸ ਬਣ ਗਿਆ। ਤਾਂ ਮੈਂ ਉਹਨੂੰ ਕਹਿੰਦੀ ਸੀ, ਮੈਂ ਕਿਹਾ ਪੁੱਤ ਤੈਨੂੰ ਹੈ ਨਾ ਦੂਜੇ ਦਫ਼ਤਰ 'ਚ ਤੂੰ ਨੌਕਰੀ ਕਰੇ। ਉਹ ਕਹਿੰਦਾ ਚੱਲ ਮੈਂ ਦਫ਼ਤਰ 'ਚ ਕਰ ਲਊਂਗੀ। ਮੈਂ ਚਾਹੁੰਦੀ ਸੀ ਵੀ ਉਹਦੀ ਦਫ਼ਤਰ 'ਚ ਜੋਬ ਲੱਗੇ ਮੋਟਰਸਾਈਕਲ 'ਤੇ ਨਾ। ਸਾਨੂੰ ਇਨਸਾਫ਼ ਚਾਹੀਦਾ ਮੇਰੇ ਪੁੱਤ ਨੇ, ਬੋਡੀ ਸਾਡੇ ਕੋਲ ਆਵੇ, ਅਸੀਂ ਸੰਸਕਾਰ ਕਰ ਸਕੀਏ। ਮੁੰਬਈ ਦੇ ਉਦਯੋਗਪਤੀ ਸਿੱਖਾਂ ਦੀ ਸੰਸਥਾ ਖਾਲਸਾ ਯੂਨਿਟੀ ਵੱਲੋਂ ਲੋੜਵੰਦ ਯਾਤਰੀਆਂ ਨੂੰ ਵੱਖ ਵੱਖ ਗੁਰਧਾਮਾਂ ਦੀ ਯਾਤਰਾ ਕਰਵਾਈ ਜਾ ਰਹੀ ਹੈ, ਜਿਸ ਤਹਿਤ 300 ਤੋਂ ਵੱਧ ਯਾਤਰੀ ਮੁੰਬਈ ਤੋਂ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਦੀਦਾਰਾਂ ਲਈ ਪਹੁੰਚੇ। ਇਸ ਮੌਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਏ ਯਾਤਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯਾਤਰਾ ਦੇ ਪ੍ਰਬੰਧਕਾਂ ਨੇ ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਦੱਸ ਦੇ ਕਿ ਮੁੰਬਈ ਦੇ ਸਿੱਖਾਂ ਦੀ ਸੰਸਥਾ ਖਾਲਸਾ ਯੂਨਿਟੀ ਵੱਲੋਂ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਨੇ ਅਤੇ ਇਸੇ ਤਹਿਤ ਸ਼ਰਧਾਲੂਆਂ ਨੂੰ ਤਖ਼ਤ ਸਾਹਿਬ ਦੇ ਦਰਸ਼ਨ ਦਾ ਪ੍ਰਬੰਧ ਕੀਤਾ ਗਿਆ। ਅਸੀਂ ਸਾਰੀ ਸੰਗਤ 300 ਸੰਗਤ ਮੁੰਬਈ ਤੋਂ ਪਟਨਾ ਸਾਹਿਬ ਠੀਕ ਠਾਕ ਬਹੁਤ ਅੱਛੀ ਤਰ੍ਹਾਂ ਪਹੁੰਚ ਗਏ ਹਾਂ। ਵਾਹਿਗੁਰੂ ਜੀ ਮਿਹਰ ਕਰੇ, ਇਹਨਾਂ ਜਿਹਨੇ ਹਾਈ ਮੈਂਬਰਸ ਹਨ ਇਹਨਾਂ ਨੇ ਬਹੁਤ ਅੱਛਾ ਸਪੋਰਟ ਕੀਤਾ ਸਾਨੂੰ, ਹੁਣ ਇੱਥੇ ਰਹਿਣ ਦੀ ਜਗ੍ਹਾ ਵੀ ਅਲੋਟ ਕਰ ਦਿੱਤੀ। SGPC ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਖਾਲਸਾ ਯੂਨਿਟੀ ਦਾ ਬਹੁਤ ਬਹੁਤ ਅਸੀਂ ਸਾਰੀ ਸੰਗਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਅੱਜ 300 ਦੇ ਉੱਪਰ ਸੰਗਤਾਂ ਬੰਬੇ ਤੋਂ ਪਟਨਾ ਸਾਹਿਬ ਤਖ਼ਤ ਪਟਨਾ ਸਾਹਿਬ ਵਿੱਚ ਪਹੁੰਚੇ ਨੇ। ਵਾਹਿਗੁਰੂ ਅਸੀਂ ਉਹਨਾਂ ਦੀ ਸਵਾਗਤ ਕਰਨ ਗਏ ਸਾਂ ਰੇਲਵੇ ਸਟੇਸ਼ਨ, ਅਤੇ ਹੁਣ ਆ ਗਏ ਨੇ ਇੱਥੇ ਪਟਨਾ ਸਾਹਿਬ ਤਖ਼ਤ ਸਾਹਿਬ 'ਤੇ। ਵਾਹਿਗੁਰੂ ਸਾਰਿਆਂ ਨੂੰ ਕਮਰੇ ਮਿਲ ਗਏ ਨੇ ਆਪਣੇ ਆਪਣੇ, ਉਹ ਆਪਣੇ ਆਪਣੇ ਕਮਰੇ ਅੰਦਰ ਚਲੇ ਗਏ ਨੇ। ਅਤੇ ਬਾਬਾ ਜੀ, ਟਿੰਮੀ ਵੀਰ ਜੀ, ਧਾਮ ਜੀ, ਜਸਵੀਰ ਜੀ, ਅਸੀਂ ਸਾਰਿਆਂ ਦਾ ਧੰਨਵਾਦ ਕਰਨੇ ਹਾਂ, ਔਰ ਇੱਥੇ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਕਮਰਿਆਂ ਦੀ ਚਾਬੀ ਦੇ ਦਿੱਤੀ ਹੈ। ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਨੂੰ ਅਦਾਲਤ ਵਿੱਚ ਪੇਸ਼ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਨ ਦਾ ਦਾਅਵਾ ਕੀਤਾ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਗੁਰਵਿੰਦਰ ਸਿੰਘ ਦੇ ਸਾਥੀ ਗੁਰਵਿੰਦਰ ਸਿੰਘ ਬਿੱਟੂ ਵਾਸੀ ਸਿਮਲਾਪੁਰੀ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਫਤਿਹਗੜ੍ਹ ਸਾਹਿਬ ਦੇ ਮੁਖੀ ਇੰਸਪੈਕਟਰ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਲੜਾਈ ਝਗੜੇ ਦੇ ਮਾਮਲੇ ਨੂੰ ਲੈ ਕੇ ਗੁਰਵਿੰਦਰ ਸਿੰਘ ਖੇੜੀ ਨਾਮਕ ਵਿਅਕਤੀ ਦੇ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਤੇ ਜੇਲ੍ਹ ਵਿੱਚੋਂ ਲਿਆਂਦਾ ਗਿਆ ਅਤੇ ਪੁਲਿਸ ਨੇ ਅਦਾਲਤ ਤੋਂ ਗੁਰਵਿੰਦਰ ਸਿੰਘ ਖੇੜੀ ਅਤੇ ਉਸਦੇ ਸਾਥੀ ਗੁਰਵਿੰਦਰ ਸਿੰਘ ਬਿੱਟੂ ਦਾ
ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਉਧਰ ਖੇੜੀ ਵਾਲੇ ਬਾਬੇ ਅਤੇ ਗੁਰਵਿੰਦਰ ਸਿੰਘ ਬਿੱਟੂ ਦੇ ਐਡਵੋਕੇਟ ਜੀ ਐਸ ਘੁੰਮਣ ਨੇ ਕਿਹਾ ਕਿ ਗੁਰਵਿੰਦਰ ਸਿੰਘ ਬਾਬੇ ਨੂੰ ਪੁਲਿਸ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਜਦੋਂ ਕਿ ਦੂਜੀ ਧਿਰ ਦੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਗਿਆ। ਅੱਜ ਗੁਰਵਿੰਦਰ ਸਿੰਘ ਬਾਬੇ ਨੂੰ ਲਗਭਗ ਮੈਂ ਕਹਿ ਸਕਦਾ ਕਿ ਇੱਕ ਮਹੀਨੇ ਤੋਂ ਬਾਅਦ ਦੁਬਾਰਾ ਜਿਹੜਾ ਉਹਨਾਂ ਨੂੰ ਅੱਜ ਇੱਕ ਦੋ ਦਿਨ ਲਈ ਕਹਿ ਕੇ ਜੀ ਦੋ ਦਿਨ ਦਾ ਰਿਮਾਂਡ ਹੋਰ ਚਾਹੀਦਾ, ਕਿਉਂਕਿ ਉਸੇ ਕੇਸ ਦੇ ਵਿੱਚ ਜਿੱਥੇ ਇਹਦੀ ਸੱਸ ਦੇ ਨਾਲ ਆਪਸ ਦੇ ਵਿੱਚ ਰੌਲਾ ਸੀ। ਸੋ ਅਸੀਂ ਇਹਨੂੰ ਸਟਰੋਂਗਲੀ ਪੋਜ਼ ਕੀਤਾ, ਅਸੀਂ ਇਹਨਾਂ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਭ ਤੋਂ ਵੱਡੀ ਜਿਹੜੀ ਗੱਲ ਸੀ, ਇੰਪੋਰਟੈਂਟ ਗੱਲ ਸੀ ਕਿ ਇਹਦੀ ਸੱਸ ਅਤੇ ਸਾਲਾ ਹਜੇ ਤੱਕ ਸਾਡੀ ਫਤਿਹਗੜ੍ਹ ਸਾਹਿਬ ਪੁਲਿਸ ਨੇ ਅਰੈਸਟ ਨਹੀਂ ਪਾਈ ਅਤੇ ਇਹਨੂੰ ਬਾਬੇ ਨੂੰ ਦੁਬਾਰਾ ਜਾ ਕੇ ਜੇਲ੍ਹ ਤੋਂ ਲੈ ਆਏ ਨੇ ਅਤੇ ਸਿਰਫ ਜਿਹੜੀ ਇੱਕ ਸ਼ਬਦ ਕਿਹਾ ਗਿਆ ਜੀ ਪਿਸਟਲ ਦੀ ਰਿਕਵਰੀ ਕਰਨੀ ਹੈ, ਵੀ ਉਹ ਜਿਹੜੇ ਇਹਦਾ ਸੱਸ ਅਤੇ ਜਿਹੜਾ ਇਹਦਾ ਸਾਲਾ ਹੈ ਉਹਨਾਂ ਨੂੰ ਅਰੈਸਟ ਪਾ ਲਓ, ਉਹਨਾਂ ਤੋਂ ਰਿਕਵਰ ਕਰ ਲਓ ਜੋ ਕਰਨਾ। ਸੋ ਅਸੀਂ ਅੱਜ ਸਟਰੋਂਗਲੀ ਪੋਜ਼ ਕੀਤਾ ਔਰ ਇਹਦੀ ਸਰਜਰੀ ਜਿਹੜੀ ਹੈ ਉਹ ਹਜੇ ਤੱਕ ਨਹੀਂ ਕਰਾਈ ਗਈ। ਮੈਂ ਜੇਲ੍ਹ ਦੀ ਰਿਪੋਰਟ ਪੜ੍ਹੀ ਅੰਦਰ, ਉਸ ਰਿਪੋਰਟ ਦੇ ਵਿੱਚ ਜੇਲ੍ਹ ਸੁਪਰਡੈਂਟ ਕਹਿ ਰਿਹਾ ਕਿ ਸਾਡੇ ਕੋਲ ਅਰੇਂਜਮੈਂਟਸ ਨਹੀਂ ਹੈਗੇ, ਸਾਡੇ ਕੋਲ ਪੁਲਿਸ ਦਾ ਅਰੇਂਜਮੈਂਟ ਨਹੀਂ ਅਤੇ ਅੱਜ ਜਿਹੜੇ 10 ਬੰਦੇ ਇਹਨੂੰ ਜਾ ਕੇ ਅਰੈਸਟ ਕਰਕੇ ਹੁਣ ਤੁਹਾਡੇ ਸਾਹਮਣੇ ਇੱਥੇ ਆਏ ਸੀਗੇ ਮੁਲਾਜ਼ਮ, ਇਹ ਕਿੱਥੋਂ ਅਰੇਂਜਮੈਂਟਸ ਹੋ ਗਏ? ਸੋ ਇਹਨੂੰ ਹਰਾਸ ਕੀਤਾ ਜਾ ਰਿਹਾ ਹਿਊਮੈਨਟੇਰੀਅਨ ਗਰਾਊਂਡਸ ਦੇ ਉਲਟਾ, ਉਹਦਾ ਇਲਾਜ ਨਹੀਂ ਕੀਤਾ ਅਤੇ ਦੋ ਦਿਨ ਦਾ ਰਿਮਾਂਡ ਮੰਗਦੇ ਸੀ। ਅਸੀਂ ਉੱਥੇ ਬੇਨਤੀ ਕੀਤੀ ਹੈ ਕੋਰਟ ਦੇ ਵਿੱਚ ਕਿ ਸਿਰਫ ਅਤੇ ਸਿਰਫ ਇਹਨੂੰ ਹੁਣੇ ਜੇਲ੍ਹ ਭੇਜਿਆ ਜਾਵੇ, ਹਰਾਸਮੈਂਟ ਕੀਤੀ ਜਾ ਰਹੀ ਹੈ, ਵਿਰੋਧ ਕੀਤਾ, ਸਿਰਫ ਸਵੇਰ ਤੱਕ ਦਾ ਰਿਮਾਂਡ ਜਿਹੜਾ ਇੱਕ ਦਿਨ ਦਾ ਦਿੱਤਾ। ਇਹ ਗੁਰਵਿੰਦਰ ਸਿੰਘ ਇਹ ਤੋਂ ਅਸਲਾ ਬਰਾਮਦ ਕਰਨਾ ਰਹਿੰਦਾ ਸੀਗਾ, ਜਦੋਂ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ ਉਦੋਂ ਇਹਦੇ ਸੱਟਾਂ ਸੁੱਟਾਂ ਲੱਗੀਆਂ ਹੋਈਆਂ ਸੀ। ਇਹਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਹਾਸਲ ਕਰਕੇ 18 ਤਰੀਕ ਨੂੰ ਦੁਬਾਰਾ ਹਾਸਲ ਕਰਕੇ ਪੇਸ਼ ਅਦਾਲਤ ਕਰਕੇ ਰਿਮਾਂਡ ਲਿਆ ਸੀ। ਅੱਜ ਜਿਹੜਾ ਰਿਮਾਂਡ ਖਤਮ ਹੋ ਰਿਹਾ ਸੀ, ਅੱਜ ਫਿਰ ਦੁਬਾਰਾ ਰਿਮਾਂਡ ਲਿਆ, ਇੱਕ ਦਿਨ ਦਾ ਤਾਂ ਰਿਮਾਂਡ ਹੈ। ਇੱਕ ਇਹਦੇ ਸਾਥੀ ਜਿਹੜਾ ਫਰਾਰ ਚੱਲ ਰਿਹਾ ਸੀਗਾ ਉਸੇ ਦਿਨ ਤੋਂ, ਗੁਰਵਿੰਦਰ ਸਿੰਘ ਬਿੱਟੂ ਸਨ ਸੁਖਿੰਦਰ ਸਿੰਘ ਵਾਸੀ ਸ਼ਿਮਲਾਪੁਰ, ਉਹ ਅਕਿਊਜ਼ਡ, ਉਹਨੂੰ ਗ੍ਰਿਫਤਾਰ ਕੀਤਾ, ਉਹਨੂੰ ਵੀ ਪੇਸ਼ ਅਦਾਲਤ ਕੀਤਾ, ਇਹਨਾਂ ਦੋਨਾਂ ਦਾ ਹੁਣ ਇੱਕ ਦਿਨ ਦਾ ਰਿਮਾਂਡ। ਦਕੋਲੀ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ, ਜਿਸ ਨੇ ਮੋਬਾਈਲ ਦੀ ਖੋਹ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ DSP ਜਸਵਿੰਦਰ ਸਿੰਘ ਨੇ ਦੱਸਿਆ ਕਿ DPS ਵਰਲਡ ਸਕੂਲ ਦੇ ਨੇੜੇ ਰਾਹੁਲ ਨਾਮ ਦੇ ਵਿਅਕਤੀ ਤੋਂ ਮੋਬਾਈਲ ਸਨੈਚਿੰਗ ਦੀ ਵਾਰਦਾਤ ਹੋਈ ਸੀ, ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਪੁਲਿਸ ਨੇ ਮੁਕੱਦਮਾ ਦਰਜ ਕਰਦਿਆਂ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ 4 ਸਨੈਚਰਾਂ ਨੂੰ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਇਸ ਦੇ ਵਿੱਚ 2 ਨਾਬਾਲਗ ਸ਼ਾਮਲ ਨੇ, ਜਿਨ੍ਹਾਂ ਕੋਲੋਂ ਵਾਰਦਾਤ ਦੇ ਦੌਰਾਨ ਇਸਤੇਮਾਲ ਹੋਏ ਬਾਈਕ ਬਰਾਮਦ ਕੀਤੇ ਗਏ ਅਤੇ ਜੋ ਫੋਨ ਸਨੈਚ ਕੀਤਾ ਗਿਆ ਸੀ ਉਸਨੂੰ ਵੀ ਬਰਾਮਦ ਕੀਤਾ ਗਿਆ। 12 ਸਤੰਬਰ ਨੂੰ ਜੀ ਤਕਰੀਬਨ 4:30 ਵਜੇ ਸਵੇਰੇ ਢਕੋਲੀ ਜਿਹੜਾ DPS ਸਕੂਲ ਆ ਉੱਥੋਂ ਦੇ ਕੋਲੋਂ ਉੱਥੋਂ ਇੱਕ ਰਾਹੁਲ ਨਾਮ ਦੇ ਵਿਅਕਤੀ ਤੋਂ ਸਵੇਰੇ 4:30 ਵਜੇ ਇੱਕ ਮੋਬਾਈਲ ਸਨੈਚ ਕੀਤਾ ਸੀ। 4 ਮੋਟਰਸਾਈਕਲ ਸਵਾਰ ਆਏ ਸੀ 2 ਅਲੱਗ ਅਲੱਗ ਮੋਟਰਸਾਈਕਲ 'ਤੇ ਅਤੇ ਜਦੋਂ ਸਨੈਚਿੰਗ ਹੋਈ ਸੀ ਬੜਾ ਰੂੜ ਤਰੀਕੇ ਨਾਲ ਸਨੈਚਿੰਗ ਕੀਤੀ ਗਈ ਸੀ ਉਹਨਾਂ ਤੋਂ। ਉਹਨਾਂ ਦੀ ਸਕੂਟਰੀ ਨੂੰ ਧੱਕਾ ਮਾਰ ਕੇ ਥੱਲੇ ਸਿੱਟਤਾ ਉਹਨਾਂ ਨੂੰ ਅਤੇ ਉਹਨਾਂ ਤੋਂ ਫੋਨ ਖੋ ਕੇ ਭੱਜ ਗਏ ਸੀਗੇ ਮੌਕੇ ਤੋਂ। ਅਤੇ ਉਸਦੇ ਸੰਬੰਧ ਦੇ ਵਿੱਚ ਸਾਡੀ CIA ਦੀ ਅਤੇ ਪੁਲਿਸ ਸਟੇਸ਼ਨ ਢਕੋਲੀ ਦੀ ਜੁਆਇੰਟ ਟੀਮ ਨੂੰ ਸਫਲਤਾ ਹਾਸਲ ਹੋਈ ਹੈ। ਇਹਦੇ ਵਿੱਚ ਅਸੀਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਜਿਹੜੇ 2 ਦੋਸ਼ੀ ਇਹਨਾਂ ਦੇ ਵਿੱਚੋਂ ਜੁਵੀਨਾਇਲ ਨੇ ਅਤੇ ਬਾਕੀ ਇਹਦੀ ਮੁਕੱਦਮੇ ਦੀ ਤਫਤੀਸ਼ ਚੱਲ ਰਹੀ ਹੈ। ਸਰ ਕੀ ਕੋਈ ਰਿਕਵਰੀ ਹੋਈ ਇਹਦੇ ਵਿੱਚ? ਹਾਂਜੀ, ਫਿਲਹਾਲ ਇਹਦੇ ਉੱਤੇ ਜਿਹੜਾ ਸੈਮਸੰਗ ਦਾ ਜਿਹੜਾ ਮੋਬਾਈਲ ਇਹਨਾਂ ਨੇ ਉਸ ਦਿਨ ਉਸ ਤੋਂ ਸਨੈਚ ਕੀਤਾ ਸੀ, ਇੱਕ ਤਾਂ ਉਹ ਰਿਕਵਰ ਹੋਇਆ। ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਫਿਲਹਾਲ ਜਿੰਨੀ ਕੁ ਅੱਜ ਤੱਕ ਫਸੇ ਇਹਨਾਂ ਤੋਂ ਪੁੱਛਗਿੱਛ ਕੀਤੀ ਹੈ, ਉਸ 'ਚ ਇਹਨਾਂ ਨੇ ਉਸੇ ਦਿਨ ਦੀਆਂ ਹੀ 12-9 ਦੀਆਂ ਸਵੇਰ ਦੀਆਂ 3 ਵਾਰਦਾਤਾਂ ਮੰਗਣੀਆਂ। ਸਵੇਰੇ ਤਕਰੀਬਨ 2 ਵਜੇ ਪੰਜਾਬ ਹਰਿਆਣਾ ਬਾਰਡਰ 'ਤੇ ਹਰਿਆਣੇ ਵਾਲੀ ਸਾਈਡ ਤੋਂ ਇਹਨਾਂ ਨੇ ਇੱਕ ਕਿਸੇ ਤੋਂ ਬੈਗ ਸਨੈਚ ਕੀਤਾ, ਹਰਿਆਣੇ ਵਿੱਚ ਪੈਂਦਾ ਉਹ। ਸੈਕਿੰਡ ਇਹਨਾਂ ਨੇ ਇੱਕ ਵਾਰਦਾਤ ਜਿਹੜਾ ਰੇਲਵੇ ਰੋਡ 'ਤੇ ਉੱਥੇ ਇੱਕ ਵਾਰਦਾਤ ਕੀਤੀ ਸੀ, ਉੱਥੇ ਵੀ ਇਹਨਾਂ ਨੇ ਇੱਕ ਬੈਗ ਸਨੈਚ ਕੀਤਾ। ਅਤੇ 3rd ਇੰਸੀਡੈਂਸ ਉਹ ਸੀਗਾ ਜਿਹਦੇ ਵਿੱਚ ਅਸੀਂ 8 ਤਰੰਬਰ ਮੁਕੱਦਮਾ ਢਕੋਲੀ ਥਾਣੇ ਵਿੱਚ ਦਰਜ ਕੀਤਾ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 4 ਗਲੋਕ ਪਿਸਟਲ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ SPD ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ਉੱਤੇ ਮੋਟਰਸਾਈਕਲ ਸਵਾਰਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਦੀ ਤਲਾਸ਼ੀ ਕੀਤੀ ਗਈ, ਜਿਸ ਦੌਰਾਨ 4 ਪਿਸਟਲ ਅਤੇ 2 ਮੋਬਾਈਲ ਬਰਾਮਦ ਹੋਏ। ਉਹਨਾਂ ਕਿਹਾ ਕਿ ਮੁਲਜ਼ਮਾਂ ਦੀ ਪਹਿਚਾਣ ਸੁਰਜੀਤ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ।
ਉਹਨਾਂ ਇਹ ਵੀ ਦਾਅਵਾ ਕੀਤਾ ਕਿ ਦੋਹਾਂ ਨੌਜਵਾਨਾਂ ਨੇ ਪਿਸਤੌਲ ਪਾਕਿਸਤਾਨ ਤੋਂ ਮੰਗਵਾਏ ਸਨ। ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਹੈ ਜੀ। ਸਾਡੇ ਮਾਨਯੋਗ ਡੀ ਜੀ ਸਾਹਿਬ, ਮਾਨਯੋਗ ਡੀ ਆਈ ਜੀ ਸਾਹਿਬ ਅਤੇ ਐੱਸ ਐੱਸ ਪੀ ਸਾਹਿਬ ਦੀਆਂ ਜਿਹੜੀਆਂ ਹਦਾਇਤਾਂ ਦੇ ਮੁਤਾਬਕ ਸਾਡੇ ਸੀ ਏ ਸਟਾਫ ਦੇ ਇੰਚਾਰਜ ਮਨਮੀਤ ਸਿੰਘ ਸੰਧੂ ਹੋਣਾ ਨੇ ਇਹ ਦੋ ਬੰਦੇ ਗ੍ਰਿਫਤਾਰ ਕੀਤੇ ਆ, ਜਿਨ੍ਹਾਂ ਕੋਲੋਂ ਚਾਰ ਜਿਹੜੇ ਆ ਗਲੋਕ ਪਿਸਟਲ ਜਿਹੜੇ ਆ, ਦੋ ਬਲੈਕ ਕਲਰ ਦੇ, ਦੋ ਬਰਾਊਨ ਕਲਰ ਦੇ, ਇਹਨਾਂ ਕੋਲ ਬਰਾਮਦਗੀ ਹੋਈ ਆ ਚਾਰ ਵੈਪਨਾਂ ਦੀ। ਅਤੇ ਇਹਨਾਂ ਦੇ ਜਿਹੜੇ ਬੰਦੇ ਹੈਗੇ ਆ, ਇਹਨਾਂ ਦੇ ਨਾਂ ਹੈਗੇ ਆ ਜੀ ਸੁਰਜੀਤ ਸਿੰਘ ਉਰਫ ਗੁਰਜੀਤ ਸਿੰਘ ਪੁੱਤਰ ਰਵੇਦ ਸਿੰਘ ਅਤੇ ਲਵਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ, ਵਾਸੀ ਸੈਦਪੁਰ ਕਲਾਂ ਥਾਣਾ ਭਿੰਡੀ ਸੈਦਾ। ਇਹਨਾਂ ਚੌਂਕ ਕੋਲੋਂ ਜਿਹੜੇ ਹੈਗੇ ਆ ਵੈਪਨ ਬਰਾਮਦ ਹੋਏ ਆ। ਅਤੇ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਗੱਲ ਆਈ ਹੈਗੀ ਹੈ ਵੀ ਇਹ ਵੈਪਨ ਜਿਹੜੇ ਇਹਨਾਂ ਨੇ ਇਹ ਇੱਥੋਂ ਪਾਕਿਸਤਾਨ ਤੋਂ ਜਿਹੜੀ ਹੈਗੀ ਡਿਲੀਵਰੀ ਇਹਨਾਂ ਨੇ ਮੰਗਾਈ ਹੈਗੀ ਆ, ਉਹ ਕਿਹਦੇ ਥਰੂ ਮੰਗਾਈ ਆ, ਕਿਉਂਕਿ ਇਹ ਜਿੱਥੇ ਵੀ ਇਹਨਾਂ ਨੂੰ ਡਿਲੀਵਰੀ ਇੱਕ ਜਗ੍ਹਾ ਰੱਖੀ ਸੀਗੀ ਉਹ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ, ਅਤੇ ਉੱਥੋਂ ਇਹ ਚੱਕ ਕੇ ਜਦੋਂ ਰਾਹ 'ਚ ਆ ਰਹੇ ਸੀਗੇ ਅਤੇ ਇਹ ਸਾਡੇ ਕਾਬੂ ਆ ਗਏ ਆ। ਅਤੇ ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਮੁਕੱਦਮਾ ਨੰਬਰ 219 ਡੇਟਡ 20/9/19 ਅੰਡਰ ਸੈਕਸ਼ਨ 25-27-53-59 ਆਰਮਸ ਐਕਟ ਤਹਿਤ ਜਿਹੜਾ ਇਹ ਦਰਜ ਕੀਤਾ ਗਿਆ ਥਾਣੇ ਘਰਿੰਡੇ ਦੇ ਵਿੱਚ। ਅਤੇ ਬਾਕੀ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਜਾਊਗੀ ਅਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕੇਜ ਜਿਹੜੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਵੀ ਇਹਨਾਂ ਨੇ ਪਹਿਲਾਂ ਹੋਰ ਵੈਪਨ ਜਾਂ ਕੋਈ ਹੋਰ ਚੀਜ਼ ਜਿਹੜੀ ਲੈ ਕੇ ਗਾਂਹ ਕਿਸੇ ਨੂੰ ਦਿੱਤੀ ਜਾਂ ਸਮਗਲਿੰਗ ਕੀਤੀ ਹੈਗੀ ਆ ਉਹਦੇ ਬਾਰੇ ਜਿਹੜਾ ਹੈਗਾ ਉਹ ਢੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਸ਼ਿਆਰਪੁਰ ਵਿੱਚ ਚਿੰਤਪੁਰਨੀ ਮਾਰਗ ਉੱਤੇ ਪੈਂਦੇ ਪਿੰਡ ਆਦਮਵਾਲ ਵਿੱਚ ਇੱਕ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ। ਡੀ ਐੱਸ ਪੀ ਸਰਬਜੀਤ ਸਿੰਘ ਵਾਹੀਆ ਨੇ ਦੱਸਿਆ ਕਿ ਵਰਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਉਸਦੇ ਭਤੀਜੇ ਅਮਨ ਨੂੰ ਕਾਬੂ ਕੀਤਾ ਗਿਆ, ਜਿਸ ਨੇ ਮਕਾਨ ਦੇ ਝਗੜੇ ਨੂੰ ਲੈ ਕੇ ਆਪਣੇ ਚਾਚੇ ਦਾ ਸਿਰ ਵਿੱਚ ਡਾਂਗਾ ਮਾਰ ਕੇ ਕਤਲ ਕਰ ਦਿੱਤਾ ਸੀ। ਉਹਨੇ ਕਿਹਾ ਕਿ ਮੁਲਜ਼ਮ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। 17-18 ਦੀ ਰਾਤ ਦੇ ਜਿਹੜਾ ਵੱਕੋ ਹੈਗਾ ਸੀ ਸਦਰ ਹੁਸ਼ਿਆਰਪੁਰ ਦੇ ਵਿੱਚ, ਔਰ ਸਾਨੂੰ ਰਿਪੋਰਟਿੰਗ ਮੋਰਨਿੰਗ ਟਾਈਮ ਹੋਇਆ ਸੀਗਾ ਵੀ ਇੱਕ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ, ਔਰ ਇਮੀਡੀਏਟਲੀ ਐੱਸ ਐੱਚ ਓ ਸਦਰ ਸੋਮਨਾਥ ਜੀ, ਡੀ ਐੱਸ ਪੀ ਸਿਟੀ ਦੀਪਕਰਨ ਜੀ ਉੱਥੇ ਮੂਵ ਹੋਏ। ਇਹਨਾਂ ਨੇ ਮੌਕੇ ਦੇ ਹਾਲਾਤ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆਂਦੇ ਔਰ ਸਾਡੀਆਂ ਵੱਖ ਵੱਖ ਟੀਮਾਂ ਉੱਥੇ ਮੂਵ ਹੋਈਆਂ, ਔਰ ਇਮੀਡੀਏਟਲੀ ਉਹਦੀ ਕਾਰਵਾਈ ਕਰਦੇ ਹੋਏ ਔਰ ਜਿਹੜਾ ਇਹ ਮਰਨ ਵਾਲਾ ਸੀਗਾ ਆਪਣਾ ਆਦਮਵਾਲ ਪਿੰਡ ਤੋਂ, ਇਹਦਾ ਨਾਂ ਹੈਗਾ ਸੀਗਾ ਵਰਿੰਦਰ, ਔਰ ਇਹਦੇ ਭਤੀਜੇ ਨੇ ਹੀ ਇਹਦਾ ਮਰਡਰ ਕਰ ਦਿੱਤਾ ਸੀਗਾ ਜਿਹੜਾ ਅਮਨ ਸੰਧੂ ਨਾਂ ਦਾ ਸੀਗਾ। ਔਰ ਜਿਹੜੀ ਇਹਦੀ ਮੇਨ ਸੀਗੀ ਪ੍ਰੋਬਲਮ ਇਹਨਾਂ ਦੀ ਕੋਈ 4-5 ਮਰਲੇ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਸੀ ਆਪਣੇ ਚਾਚੇ ਦੇ ਨਾਲ, ਔਰ ਇਹਨੇ ਰਾਤ ਨੂੰ ਡਰਿੰਕ ਕੀਤੀ ਹੋਈ ਸੀਗੀ ਔਰ ਡਰਿੰਕ ਦੌਰਾਨ ਹੀ ਇਹਨੇ ਇੰਨੇ ਕੁ ਜ਼ਿਆਦਾ ਉਹਨੇ ਕੁੱਟਮਾਰ ਕੀਤੀ ਕਿ ਉਹਦੀ ਮੌਕੇ 'ਤੇ ਹੀ ਡੈਥ ਹੋ ਗਈ। ਔਰ ਇਮੀਡੀਏਟਲੀ ਅਸੀਂ ਐੱਫ ਆਈ ਆਰ ਨੰਬਰ ਦਰਜ ਕੀਤੀ 174-103-BNS ਦੇ ਵਿੱਚ, ਜਿਹੜੀ ਇਕੁਅਲ 302 ਹੈਗੀ ਆ, ਔਰ ਇਸ ਦੋਸ਼ੀ ਨੂੰ ਅਰੈਸਟ ਕੀਤਾ। ਔਰ ਜਿਹੜਾ ਇਹਨੇ ਵਾਰਦਾਤ 'ਚ ਵਰਤਿਆ ਵੈਪਨ ਸੀਗਾ ਡੰਡਾ ਮੋਟਾ ਹੈਗਾ ਜਿਹੜਾ, ਉਹ ਜਿਹਦੇ ਨਾਲ ਇਹਨੇ
ਵਾਰਦਾਤ ਕੀਤੀ ਸੀ ਉਹ ਰਿਕਵਰ ਕੀਤਾ ਔਰ ਫਰਦਰ ਜਿਹੜੀ ਸਾਡੀ ਇਨਵੈਸਟੀਗੇਸ਼ਨ ਆ ਹਾਲੇ ਚੱਲ ਰਹੀ ਹੈ। ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਗੁਰਦੁਆਰਾ ਚੁਕੇਰੀਆਂ ਸਾਹਿਬ ਵਿੱਚ ਬਤੌਰ ਗ੍ਰੰਥੀ ਕੰਮ ਕਰਨ ਵਾਲੇ ਪ੍ਰਗਟ ਸਿੰਘ ਵਾਸੀ ਬਦਿਆਲਾ ਜ਼ਿਲ੍ਹਾ ਫਤਿਹਾਬਾਦ ਹਰਿਆਣਾ ਨੂੰ ਥਾਣਾ ਸਦਰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਗ੍ਰੰਥੀ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੀ ਲੈਟਰ ਪੈਡ ਅਤੇ ਮੋਹਰ ਚੋਰੀ ਕਰਕੇ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਮੈਰਿਜ ਸਰਟੀਫਿਕੇਟ ਜਾਰੀ ਕੀਤੇ ਗਏ ਸਨ। ਥਾਣਾ ਸਦਰ ਦੇ ਇੰਚਾਰਜ ਮੇਜਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਵਾਸੀ ਕੋਟ ਸ਼ਮੀਰ ਦੀ ਸ਼ਿਕਾਇਤ ਉੱਤੇ ਕਾਰਵਾਈ ਕੀਤੀ ਗਈ। ਉਹਨੇ ਕਿਹਾ ਕਿ ਪ੍ਰਗਟ ਸਿੰਘ ਗੁਰਦੁਆਰਾ ਚਕੇਰੀਆਂ ਸਾਹਿਬ ਵਿਖੇ ਬਤੌਰ ਗ੍ਰੰਥੀ ਸੇਵਾ ਨਿਭਾ ਰਿਹਾ ਸੀ ਅਤੇ ਉਹ ਉਸ ਥਾਂ ਤੋਂ ਜਾਂਦਾ ਹੋਇਆ ਲੈਟਰ ਪੈਡ ਅਤੇ ਮੋਹਰ ਲੈ ਗਿਆ, ਜਿਸ ਦੀ ਵਰਤੋਂ ਉਸਨੇ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਨੂੰ ਫਰਜ਼ੀ ਸਰਟੀਫਿਕੇਟ ਦੇਣ ਲਈ ਕੀਤੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ। ਅਤੇ ਮੇਰੇ ਧਿਆਨ 'ਚ ਨਹੀਂ, ਅਸੀਂ ਉਹ ਕਰ ਰਹੇ ਹਾਂ ਪੜਤਾਲ, ਅਜੇ ਪੁੱਛਗਿੱਛ ਕਰਾਂਗੇ ਤੋਂ ਪ੍ਰਮਾਣ ਲੈ ਕੇ ਵੇਖਾਂਗੇ। ਇਹਨੇ ਜੀ ਮੇਰੇ ਹਿਸਾਬ ਨਾਲ ਘੱਟੋ ਘੱਟ 18-19 ਜਿਹੜੇ ਇਹਨੇ ਜਿਹੜੀ ਸਾਨੂੰ ਲੈਟਰ ਪੈਡ ਇਹਦੇ ਕੋਲ ਬਰਾਮਦ ਕੀਤੀ ਆ, ਉਹ 'ਚ 18-19 ਇਹਨੇ ਜਿਹੜੇ ਸਰਟੀਫਿਕੇਟ ਜਾਰੀ ਕੀਤੇ ਗਏ। ਇਹ ਤਾਂ ਹੁਣ ਅਜੇ ਵਿਸ਼ਾ ਜੀ ਸਾਡਾ ਪੜਤਾਲ ਦਾ, ਇਹ ਰਹਿੰਦਾ ਜ਼ਰੂਰ ਸੀ ਇੱਥੇ ਹੰਸ ਨਗਰ 'ਚ ਵੀ, ਕਿੱਥੇ ਕਰਦਾ ਸੀ, ਇੱਥੇ ਕਰਦਾ ਸੀ, ਕਿੱਥੇ ਕਰਦਾ ਸੀ, ਗੁਰਦੁਆਰੇ 'ਚ ਹੀ ਰਹਿ ਰਿਹਾ ਸੀਗਾ ਕਿ ਘਰ ਦੇ ਘਰ 'ਚ ਰਹਿ ਰਿਹਾ ਸੀ? ਨਹੀਂ, ਹੁਣ ਇਹ ਹੰਸ ਨਗਰ ਗੁਰਦੁਆਰਾ ਸਾਹਿਬ ਆ, ਉੱਥੇ ਰਹਿ ਰਿਹਾ ਸੀ। ਇਸ ਤੋਂ ਇਲਾਵਾ ਵੀ ਕੋਈ ਹੋਰ ਗੁਰਦੁਆਰਾ ਸਾਹਿਬ ਦੀਆਂ ਕੋਈ ਲੈਟਰ ਪੈਡ ਜਾਂ ਕੋਈ ਉਹਦਾ ਵੀ ਪ੍ਰਾਪਤ? ਨਹੀਂ, ਅਜੇ ਤੱਕ ਸਾਡੇ ਕੋਲ ਇਹੀ ਆ, ਅਸੀਂ ਪੜਤਾਲ ਕਰ ਰਹੇ ਹਾਂ, ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਕਰ ਦਿੱਤੀ ਜਾਏ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਵਿੱਚ ਮੋਟਰਸਾਈਕਲ ਚੋਰੀ ਕਰਨ ਅਤੇ ਉਹਨਾਂ ਨੂੰ ਰੀਸਾਈਕਲ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਵੇਰਵਿਆਂ ਦਾ ਖੁਲਾਸਾ ਕਰਦਿਆਂ ADCP ਅਦਿੱਤਿਆ ਨੇ ਦੱਸਿਆ ਕਿ ਪੁਲਿਸ ਨੂੰ ਸੂਹ ਮਿਲੀ ਸੀ ਕਿ ਸ਼ਹਿਰ ਵਿੱਚ ਇੱਕ ਗਿਰੋਹ ਕੰਮ ਕਰ ਰਿਹਾ ਜੋ ਮੋਟਰਸਾਈਕਲਾਂ ਦੀ ਚੋਰੀ ਅਤੇ ਉਹਨਾਂ ਦੇ ਪਾਰਟਸ ਵੇਚਣ ਦਾ ਕੰਮ ਕਰਦਾ ਹੈ। ਉਹਨਾਂ ਦੱਸਿਆ ਕਿ ਸੂਚਨਾ ਦੇ ਆਧਾਰ ਉੱਤੇ ਪੁਲਿਸ ਨੇ ਰੋਹਿਤ ਕੁਮਾਰ ਅਤੇ ਸੁਮਿਤ ਨੂੰ ਕਾਬੂ ਕੀਤਾ। ਉਹਨਾਂ ਕਿਹਾ ਕਿ ਰੋਹਿਤ ਚੋਰੀ ਕਰਦਾ ਸੀ ਅਤੇ ਕਬਾੜੀਆ ਸੁਮਿਤ ਮੋਟਰਸਾਈਕਲ ਨੂੰ ਡਿਸਪੋਜ ਆਫ ਕਰਦਾ ਸੀ। ਉਹਨਾਂ ਕਿਹਾ ਕਿ ਮੁਲਜ਼ਮਾਂ ਦੇ ਕੋਲੋਂ 70,000 ਦੀ ਨਗਦੀ ਅਤੇ ਮੋਟਰਸਾਈਕਲਾਂ ਦੇ ਪਾਰਟ ਬਰਾਮਦ ਕੀਤੇ ਗਏ ਨੇ। ਆ ਜਿਹੜਾ ਮਾਮਲਾ ਹੈਗਾ ਆ ਜਲੰਧਰ ਕਮਿਸ਼ਨਰੇਟ ਵੱਲੋਂ ਜਿਹੜਾ ਚੋਰੀ ਔਰ ਸਨੈਚਿੰਗ ਦੇ ਖਿਲਾਫ਼ ਜਿਹੜੀ ਸਾਰੀ ਸਾਡੀ ਜਿਹੜੀ ਮੁਹਿੰਮ ਚੱਲ ਰਹੀ ਹੈ ਉਸੀ ਦੇ ਤਹਿਤ ਹੀ ਜਿਹੜੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਜਿਹੜਾ ਇੱਕ ਗਿਰੋਹ ਫੜਿਆ ਹੈਗਾ ਜਿਹਦੇ ਵਿੱਚ ਜੋ ਕਿ ਮੋਟਰਸਾਈਕਲ ਦੀ ਚੋਰੀ ਕਰਦਾ ਸੀਗਾ ਔਰ ਉਹਦੇ ਨਾਲ ਕਬਾੜੀਏ ਨੂੰ ਮਿਲ ਕੇ ਉਹਨੂੰ ਉਹ ਵੇਚ ਦਿੰਦੇ ਸੀਗੇ। ਤੋ ਇਹਦੇ 'ਚ ਅਸੀਂ ਇੱਕ ਜਿਹੜਾ ਪਰਚਾ ਹੈਗਾ 96 ਨੰਬਰ 302 BNS ਡਿਵੀਜ਼ਨ ਨੰਬਰ 5 ਅਸੀਂ ਦਰਜ ਕੀਤਾ ਹੈਗਾ। ਉਹਦੇ 'ਚ ਅਸੀਂ ਜਿਹੜਾ ਪੂਰਾ ਟੈਕਨੀਕਲ ਹਿਊਮਨੇਟ ਲਾ ਕੇ ਅਸੀਂ ਇੱਕ ਬੰਦਾ ਜਿਹੜਾ ਹੈਗਾ ਰੋਹਿਤ ਉਹਦੇ ਨਾਲ ਦੋਸਤੀ ਸੁਮਿਤ ਜਿਹੜੇ ਦੋ ਬੰਦੇ ਅਸੀਂ ਫੜੇ ਹੈਗੇ। ਸੁਮਿਤ ਜਿਹੜਾ ਹੈਗਾ ਆ ਕਬਾੜੀਏ ਦੇ ਕੰਮ ਕਰਦਾ ਹੈਗਾ, ਰੋਹਿਤ ਮੋਟਰਸਾਈਕਲਾਂ ਨੂੰ ਚੱਕਦਾ ਹੈਗਾ ਔਰ ਸੁਮਿਤ ਹੈ ਉਹਨੂੰ ਡਿਸਪੋਜ ਕਰਦਾ ਹੈਗਾ। ਤੋ ਅਸੀਂ ਰੋਹਿਤ ਔਰ ਸੁਮਿਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਹੈਗਾ। ਇਹਦੇ 'ਚ ਜਿਹੜੇ ਰੋਹਿਤ ਦੇ ਜਿਹੜੇ ਪਾਸ ਜਿਹੜੇ ਮੁਕੱਦਮੇ ਹੈਗੇ ਉਹ 3 ਮੁਕੱਦਮੇ ਰੋਹਿਤ ਦੇ ਪੁਰਾਣੇ ਮੁਕੱਦਮੇ ਜਿਹੜੇ ਦਰਜ ਹੈਗੇ। ਇਹਦੇ ਵਿੱਚ ਜਿਹੜੀ ਅਸੀਂ ਜਿਹੜੀ ਮੋਟਰਸਾਈਕਲ ਡਿਸਪੋਜ ਕਰਤੀ ਆ ਗਈਆਂ ਸੀਗੀ ਉਹਦੇ ਵਿੱਚ ਅਸੀਂ ਲਗਭਗ 70,000 ਰੁਪਏ ਜਿਹੜੀ ਰਿਕਵਰੀ ਇਹਦੇ 'ਚ ਕੀਤੀ ਹੈਗੀ। ਇਸ ਤੋਂ ਇਲਾਵਾ ਅਸੀਂ ਫਰਦਰ ਇਹਨਾਂ ਦੀ ਪੁੱਛਗਿੱਛ ਕਰ ਰਹੇ ਹੈਗੇ ਔਰ ਫਰਦਰ ਜਿਹੜੇ ਵੀ ਤਫਤੀਸ਼ ਦੇ ਵਿੱਚ ਸਾਹਮਣੇ ਆਏਗਾ ਉਸ ਹਿਸਾਬ ਨਾਲ ਜਿਹੜਾ ਹੈਗਾ ਫਰਦਰ ਇਹਨਾਂ 'ਤੇ ਜਿਹੜਾ ਐਕਸ਼ਨ ਹੈ ਉਹ ਲਵਾਂਗੇ। SSP ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਕ ਦੇ ਨਿਰਦੇਸ਼ਾਂ ਉੱਤੇ ਜ਼ਿਲ੍ਹਾ ਟ੍ਰੈਫਿਕ ਇੰਚਾਰਜ ਕੇਵਲ ਸਿੰਘ ਇੰਸਪੈਕਟਰ ਦੀ ਰਹਿਨੁਮਾਈ ਵਿੱਚ ਫਿਲੌਰ ਵਿਖੇ ਵਿਸ਼ੇਸ਼ ਨਾਕੇਬੰਦੀ ਕੀਤੀ ਗਈ, ਜਿਸ ਦੌਰਾਨ ਵਾਹਨ ਚਾਲਕਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ ਅਤੇ ਅਧੂਰੇ ਕਾਗਜ਼ਾਤ, ਪ੍ਰੈਸ਼ਰ ਹਾਰਨ ਵਰਤਣ ਵਾਲਿਆਂ, ਫੈਂਸੀ ਪਲੇਟਾਂ ਲਗਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਅਤੇ ਬਿਨਾਂ ਕਾਗਜ਼ਾਂ ਵਾਲੇ ਕਈ ਵਾਹਨ ਬਾਊਂਡ ਕੀਤੇ ਗਏ। ਇਸ ਮੌਕੇ ਪੁਲਿਸ ਟੀਮ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਆਪਣੇ ਕਾਗਜ਼ਾਤ ਪੂਰੇ ਰੱਖਣ ਤਾਂ ਜੋ ਉਹਨਾਂ ਨੂੰ ਸਫ਼ਰ ਕਰਨ ਵੇਲੇ ਕੋਈ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਜੀ ਸਾਨੂੰ ਜੀਨੀਅਰ ਅਫਸਰਾਂ ਦੇ ਸਪੈਸ਼ਲ ਆਫਿਸ ਆ ਰਿਹਾ ਵੀ ਤੁਸੀਂ ਰਾਈਡਿੰਗ ਔਰ ਜਿਹੜੇ ਪ੍ਰੈਸ਼ਰ ਹੋਰਨ ਜਾਂ ਵਾਰਾਗਰਦੀ ਮੁੰਡੇ ਕਰਦੇ ਹਨ ਵੀ ਵੱਧ ਤੋਂ ਵੱਧ ਚਲਾਉਣ ਦਿੱਤੇ ਜਾਣ।
ਜਿੱਦਾਂ ਜਿਹੜੇ ਇੱਥੇ ਪਟਾਕੇ ਮਾਰਦੇ ਆ ਮੋਟਰਸਾਈਕਲ ਵਾਲੇ ਜਾਂ ਪ੍ਰੈਸ਼ਨ ਵਾਲੇ ਉਹਦੇ ਕਾਰਵਾਈ ਕੀਤੀ ਆ ਜਿਹੜੇ ਕਾਨੂੰਨ ਦੀ ਲੰਘਣਾ ਕਰਦੇ ਆ ਅਸੀਂ ਉਹਦੇ ਬੌਂਡ ਵੀ ਕਰਦੇ ਪਏ ਆ ਚਲਾਨ 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 ਵੀ ਕਰਦੇ ਆ ਅਤੇ ਮੋਟਰਸਾਈਕਲ ਬੌਂਡ ਵੀ ਕੀਤੇ ਹੋਏ ਆ। ਗੜਸ਼ੰਕਰ ਹੁਸ਼ਿਆਰਪੁਰ ਰੋਡ ਤੇ ਸਥਿਤ ਕੁਆਂਟਮ ਪੇਪਰ ਮਿਲ ਵੱਲੋਂ ਕਥਿਤ ਤੌਰ ਉੱਤੇ ਫੈਲਾਏ ਗਏ ਪ੍ਰਦੂਸ਼ਣ ਦੇ ਵਿਰੋਧ ਵਿੱਚ ਅੱਜ ਇਲਾਕਾ ਵਾਸੀਆਂ ਨੇ ਜਨਤਕ ਜਥੇਬੰਦੀਆਂ ਦੀ ਅਗਵਾਈ ਵਿੱਚ ਸੈਲਾ ਖੁਰਦ ਵਿੱਚ ਜਾਗੋ ਕੱਢ ਕੇ ਮਿਲ ਦੇ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਗਟਾਵਾ ਕੀਤਾ। ਸੈਲਾ ਖੁਰਦ ਦੇ ਮੁੱਖ ਬਾਜ਼ਾਰ ਵਿੱਚੋਂ ਲੰਘ ਕੇ ਪ੍ਰਦਰਸ਼ਨਕਾਰੀਆਂ ਨੇ ਮਿਲ ਦੇ ਮੁੱਖ ਗੇਟ ਅੱਗੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਨੰਗਲ ਦੇ ਵਾਰਡ ਨੰਬਰ 1 ਵਿੱਚ ਇੱਕ ਵਾਰ ਫਿਰ ਤੋਂ ਤੇਂਦੂਆ ਵੇਖਿਆ ਗਿਆ। ਦਰਅਸਲ ਪਿਛਲੇ ਕਈ ਦਿਨਾਂ ਤੋਂ ਇਸ ਇਲਾਕੇ ਵਿੱਚ ਤੇਂਦੂਏ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸਨ, ਜਿਸ ਨੂੰ ਲੈ ਕੇ ਬੇਸ਼ੱਕ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਵੱਖ ਵੱਖ ਸਥਾਨਾਂ ਉੱਤੇ ਪਹਿਲਾਂ ਹੀ ਪਿੰਜਰੇ ਲਗਾਏ ਗਏ ਨੇ, ਪਰੰਤੂ ਅਜੇ ਤੱਕ ਇਹ ਤੇਂਦੂਆ ਨਹੀਂ ਫੜਿਆ ਗਿਆ ਅਤੇ ਹੁਣ ਵੀ ਇਸ ਦੀਆਂ ਵੱਖ ਵੱਖ ਥਾਵਾਂ ਤੋਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਰਹੀਆਂ ਨੇ। ਰਿਹਾਇਸ਼ੀ ਇਲਾਕੇ ਵਿੱਚ ਇਸ ਤਰ੍ਹਾਂ ਤੇਂਦੂਆ ਵਿਖਾਈ ਦੇਣ ਨਾਲ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਹਲਕਾ ਰਾਜ ਸੰਸਥਾ ਅਧੀਨ ਆਉਂਦੇ ਪਿੰਡ ਭਿੰਡੀ ਸੈਦਾਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਅਤੇ ਪਨਗ੍ਰੇਨ ਪੰਜਾਬ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ ਨੇ ਕੀਤਾ। ਮਿਆਦੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਲਖਵਿੰਦਰ ਸਿੰਘ ਦੇ ਪਿੰਡ ਭਿੰਡੀ ਸੈਦਾਂ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ ਨਾਲੀਆਂ ਅਤੇ ਡੇਰਿਆਂ ਨੂੰ ਜਾਂਦੇ ਰਸਤਿਆਂ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਉਹਦੇ ਨਾਲ BDPO ਚੌਗਾਵਾਂ ਮਲਕੀਤ ਸਿੰਘ ਹਾਂਡਾ, BDO ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਮੌਜੂਦ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਾਈ ਕਨਈਆ ਜੀ ਦੀ ਵਰਸੀ ਨੂੰ ਸਮਰਪਿਤ ਮੱਲਮ ਪੱਟੀ ਦਿਵਸ ਮਨਾਇਆ ਗਿਆ, ਜਿਸ ਵਿੱਚ ਸਰਦਾਰ ਗੁਰਦਿਆਲ ਸਿੰਘ ਮੀਤ ਸਕੱਤਰ ਵਿਦਿਆ ਨੇ ਮੁੱਖ ਮਹਿਮਾਨ ਵਜੋਂ ਅਤੇ ਮਨਿੰਦਰ ਸਿੰਘ ਮੋਹਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾਕਟਰ ਕੁਲਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ GI ਨੂੰ ਕਿਹਾ, ਸਰਦਾਰ ਗੁਰਦਿਆਲ ਸਿੰਘ ਜੀ ਅਤੇ ਸਰਦਾਰ ਮਨਿੰਦਰ ਮੋਹਨ ਸਿੰਘ ਜੀ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਭਾਈ ਕਨਈਆ ਜੀ ਦੇ ਜੀਵਨ ਤੋਂ ਸੇਧ ਲੈ ਕੇ ਦੁਨਿਆਵੀ ਤੌਰ ਉੱਤੇ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਦੇ NSS ਯੂਨਿਟ ਦੇ ਕੋਆਰਡੀਨੇਟਰ ਡਾਕਟਰ ਰਣਦੀਪ ਕੌਰ ਦੀ ਅਗਵਾਈ ਵਿੱਚ ਅੰਮ੍ਰਿਤ ਨਰਸਿੰਗ ਹੋਮ ਚੱਬਾ ਦੇ ਸਹਿਯੋਗ ਨਾਲ ਬਲੱਡ ਗਰੁੱਪ ਟੈਸਟ ਕੈਂਪ ਲਗਾਇਆ ਗਿਆ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਦੇ ਬਲੱਡ ਗਰੁੱਪ ਟੈਸਟ ਕੀਤੇ ਗਏ। ਅੱਜ ਇੱਥੇ ਤ੍ਰੈ ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਵਿਖੇ ਭਾਈ ਕਨਈਆ ਜੀ ਦੇ ਸੰਬੰਧ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਵਾ, ਜਿਸ ਰਾਹੀਂ ਬੱਚਿਆਂ ਦੇ ਵਿੱਚ ਸੇਵਾ ਭਾਵਨਾ ਜਾਗਰਤ ਕਰਨ ਵਾਸਤੇ ਸਾਡਾ ਮੁੱਖ ਉਦੇਸ਼ ਇਹੀ ਆ ਕਿ ਬੱਚਿਆਂ ਨੂੰ ਉਹਨਾਂ ਦੇ ਜੀਵਨ ਤੋਂ ਉਹਨਾਂ ਦੇ ਜੀਵਨ ਬਾਰੇ ਦੱਸ ਕੇ ਅਤੇ ਬੱਚਿਆਂ ਨੂੰ ਇਸ ਸੇਵਾ ਨਿਸਵਾਰਥ ਸੇਵਾ ਵਾਲੇ ਪਾਸੇ ਲਗਾਇਆ ਜਾਵੇ, ਤਾਂ ਜੋ ਬੱਚੇ ਸੇਵਾ ਭਾਵਨਾ ਕਰਕੇ ਸਮਾਜ ਦੀ ਵੀ ਸੇਵਾ ਕਰ ਸਕਣ। ਇਹ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਸਿੱਖਾਂ ਦੀ ਸਿਰਮੋਹਰ ਸੰਸਥਾ ਹੈ, ਉਹਦੇ ਪ੍ਰਬੰਧ ਅਧੀਨ ਚੱਲ ਰਿਹਾ ਹੈ। ਮੌਜੂਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਅਤੇ ਸਕੱਤਰ ਵਿੱਦਿਆ ਸਰਦਾਰ ਸੁਖਵਿੰਦਰ ਸਿੰਘ ਜੀ ਵਿੱਦਿਆ, ਉਹਨਾਂ ਵੱਲੋਂ ਹੋਏ ਆਦੇਸ਼ਾਂ ਅਨੁਸਾਰ ਅੱਜ ਅਸੀਂ ਭਾਈ ਕਨਈਆ ਜੀ ਦੀ ਬਰਸੀ ਮਨਾ ਰਹੇ ਹਾਂ। ਭਾਈ ਕਨਈਆ ਜੀ, ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਭਗਤ ਸਨ, ਉਹ ਜਦੋਂ ਲੜਾਈਆਂ ਚੱਲਦੀਆਂ ਸਨ ਉਸ ਲੜਾਈ ਦੇ ਦੌਰਾਨ ਭਾਈ ਕਨਈਆ ਜੀ ਆਪਣੇ ਸਿੱਖਾਂ ਨੂੰ ਵੀ, ਜ਼ਖਮੀ ਸਿੱਖਾਂ ਨੂੰ ਵੀ ਅਤੇ ਆਪਣੇ ਜੋ ਦੁਸ਼ਮਣ ਸੀ ਉਹਨਾਂ ਨੂੰ ਪਾਣੀ ਦੀ ਸੇਵਾ ਵੀ ਕਰਦੇ ਸਨ, ਪਾਣੀ ਦੀ ਸੇਵਾ ਦੀ ਜੋ ਸ਼ਿਕਾਇਤ ਉਹਨਾਂ ਤੇ ਮੱਲਮ ਪੱਟੀ ਵੀ ਕਰਦੇ ਸਨ, ਲੇਕਿਨ ਉਹ ਸ਼ਿਕਾਇਤ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਬੁਲਾਇਆ ਸੀਗਾ ਤੇ ਉਹਨਾਂ ਨੇ ਆਪਣੀ ਸੇਵਾ ਭਾਵਨਾ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਹਰ ਕਿਸੇ ਵਿੱਚ ਮੈਨੂੰ ਤੁਹਾਡਾ ਰੂਪ ਹੀ ਦਿਖਾਈ ਦਿੰਦਾ ਵਾ, ਤੇ ਉਸ ਭਾਵਨਾ ਨੂੰ ਲੈ ਕੇ ਉਹ ਜ਼ਖਮੀ ਚਾਹੇ ਆਪਣੇ ਸੀ ਚਾਹੇ ਦੁਸ਼ਮਣ ਸੀ ਉਹਨਾਂ ਸਾਰਿਆਂ ਦੀ ਮੱਲਮ ਪੱਟੀ ਵੀ ਕਰਦੇ ਰਹੇ ਨੇ। ਇਸ ਕਰਕੇ ਉਹਨਾਂ ਦੀ ਸੇਵਾ ਭਾਵਨਾ ਬੱਚਿਆਂ ਵਿੱਚ ਪੈਦਾ ਕਰਨ ਵਾਸਤੇ ਅੱਜ ਅਸੀਂ ਇਹ ਦਿਹਾੜਾ ਮਨਾ ਰਹੇ ਹਾਂ।
ਜਿਹਦੇ ਵਿੱਚ ਅਸੀਂ ਇੱਕ ਬਲੱਡ ਗਰੁੱਪ ਟੈਸਟ ਕੈਂਪ ਦਾ ਆਯੋਜਨ ਕੀਤਾ ਵਾ, ਜਿਸ ਦਾ ਉਦਘਾਟਨ ਸਾਡੇ ਮਾਨਯੋਗ ਮੀਤ ਸਕੱਤਰ ਵਿਦਿਆ ਜੀ ਸਰਦਾਰ ਗੁਰਦਿਆਲ ਸਿੰਘ ਜੀ ਪਹੁੰਚੇ ਨੇ, ਉਹਨਾਂ ਨੇ ਕੀਤਾ। ਉਹਨਾਂ ਦੇ ਨਾਲ ਸਾਡੇ ਕੋਲ ਸਾਡੇ ਇੰਟਰਨਲ ਆਡੀਟਰ ਸਕੂਲਾਂ ਕਾਲਜਾਂ ਦੇ ਜੋ ਨੇ ਸਰਦਾਰ ਮਨਿੰਦਰ ਮੋਹਨ ਸਿੰਘ ਜੀ, ਉਹ ਵੀ ਪਹੁੰਚੇ ਨੇ। ਉਹਨਾਂ ਨੇ ਇਸਦਾ ਉਦਘਾਟਨ ਕੀਤਾ ਤੇ ਅੱਜ ਦਾ ਮੇਨ ਮਕਸਦ ਇਹੀ ਆ ਕਿ ਵਿਦਿਆਰਥੀਆਂ ਨੂੰ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਦੱਸ ਕੇ ਉਹਨਾਂ ਦੇ ਵਿੱਚ ਸੇਵਾ ਭਾਵਨਾ ਪੈਦਾ ਕਰਨ ਕਰਦਾ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ, ਜਾਂਦਿਆਂ ਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।